चले आनंदपुर साहब यात्रा जाने वे पर नहीं मिली दर्शन कर ਕਿਹੜਾ ਢਾਬਾ ਬਈ ਇਹ ਸਿੰਧੀ ਢਾਬਾ ਬਈ ਆ ਜੋ ਰੋਟੀ ਪਾਣੀ ਪਰੌਂਠੇ ਪਰੂਟੇ ਖਾਂਦੇ ਆ ਇੱਥੇ ਆਪਣੇ ਬੰਦੇ ਬਾਹਲੇ ਭੁੱਖੇ ਆ ਉਹ ਪਹੁੰਚ ਗਏ ਪਹਿਲਾਂ ਅੰਦਰ ਇੱਕ ਤਾਂ ਫਿਰਦਾ ਜੀ ਉਹ ਗਿਆ ਬਾਥਰੂਮ ਨੀ ਸਵੇਰੇ ਚਲੇ ਗਏ ट्रेन आ गई तो टाइम नाल ही आ गई वह हुण तां फाटक खुले दे चली जहाज नूं एक जहाज साडा चलदा श्री गौर ਡਰਾਈਵਰ ਚੇਂਜ ਵੀ ਹੁਣ ਕਹਿੰਦਾ ਮੈਂ ਚਲਾਉਣਾ ਹਨੀ ਭਾ ਇੱਧਰ ਫੋਟੋ ਸ਼ੂਟ ਚੱਲ ਰਿਹਾ ਅਨੰਦਪੁਰ ਸਾਹਿਬ ਨੂੰ
ਲਓ ਬਈ ਮਿੱਤਰੋ ਆਪਾਂ ਪਹੁੰਚ ਗਏ ਆ ਪੁਲ ਤੇ। ਮੇਰੇ ਵੀਰੋ ਪ੍ਰੀ ਵੈਡਿੰਗ ਚੱਲ ਰਹੀ ਹੈ ਕਿਸੇ ਬੰਦੇ ਦੀ, ਕਿਵੇਂ ਇੱਧਰ ਜੂਮ ਕਰਕੇ ਪ੍ਰੀ ਵੈਡਿੰਗ ਸ਼ੂਟ ਹੋ ਰਿਹਾ, ਤੁਹਾਨੂੰ ਜੂਮ ਕਰਕੇ ਜ਼ਰੂਰ ਦਿਖਾਇਆ ਜਾਊਗਾ। ਬੋ ਜੀ ਬਾਈ ਬਹੁਤ ਖਤਰਨਾਕ ਬਣਾਉਂਦੇ ਆ, ਸਾਨੂੰ ਜਾਣਾ ਹੀ ਪੈਣਾ ਹੁਣ ਇਹਨਾਂ ਕੋਲ। ਜਕਾਰੇ ਵਾਲੀ ਤਾਂ ਗੱਲ ਹੀ ਨਹੀਂ ਹੋਈ, ਜਕਾਰੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੋਈ। ਪਹੁੰਚ ਗਏ ਬਈ, ਆ ਦੇਖੋ ਜੀ ਚੜ੍ਹਦੇ ਹੋਏ ਪੁਲ ਤੇ ਇੱਕ ਮੈਂਬਰ ਸਾਡਾ ਹੋਰ ਰਹਿ ਗਿਆ। ਭਾਜੀ ਆਓ ਜਲਦੀ, ਇੱਕ ਮੈਂਬਰ ਸਾਡਾ ਹੋਰ ਰਹਿ ਗਿਆ। ਹਾਨੀ ਜੀ, ਹਾਨੀ ਜੀ ਬਾਕੀ ਬੰਦੇ ਉਹ ਜਾ ਰਹੇ ਕੈਰੀ ਜੀ। ਉਹ ਦੇਖੋ ਮਗਰਮੱਛ ਡਿੱਗ ਗਿਆ, ਡਿੱਗ ਗਿਆ। ਅਸੀਂ ਚੱਲੇ ਹਾਂ ਭਾਜੀ ਕੋਲ, ਕਹਿੰਦੇ ਮਗਰਮੱਛ ਤੁਹਾਨੂੰ ਦਿਖਾਇਆ ਜਾਵੇ ਸਾਰੇ ਸਾਡੇ ਫੈਨਸ ਨੂੰ, ਫਰੈਂਡਸ ਨੂੰ ਜਿਹੜੇ ਵੀ ਨੇ। ਆਹ ਸਾਡੇ ਕੈਰੀ ਭਾਜੀ ਜਾ ਰਹੇ, ਤੁਸੀਂ ਵੇਟ ਕਰੋ ਮੈਨੂੰ ਵਲੌਗ ਬਣਾਉਣ ਤੋਂ ਤੁਸੀਂ ਪਲੀਜ਼। ਕਿੱਥੇ ਮਗਰਮੱਛ? ਉਹ ਪਾਣੀ 'ਚ ਮਗਰਮੱਛ ਆ, ਜਿੱਦਾਂ ਤੁਸੀਂ ਦੇਖ ਸਕਦੇ ਹੋ, ਦੇਖ ਲਓ ਲੀਣਾ ਨਹੀਂ ਤੁਹਾਨੂੰ। ਆਲ ਫਰੈਂਡਸ ਤੁਸੀਂ ਨਜ਼ਾਰੇ ਲੈ ਸਕਦੇ ਹੋ। ਸ਼ਿਮਲੇ ਆਏ ਹੋਏ, ਸ਼ਿਮਲੇ ਦੇਖੋ, ਤੁਹਾਨੂੰ ਸਾਰਾ ਵਲੌਗ ਜੀ ਦਿਖਾ ਦੇਣਾ ਵਿਊ ਤੁਹਾਨੂੰ ਸਾਰਾ। ਸਾਰੇ ਬੰਦੇ ਸਾਡੇ ਥੋੜ੍ਹੇ ਜਿਹੇ ਫੋਟੋ ਸ਼ੂਟ ਕਰ ਰਹੇ ਇੱਧਰ। ਹਾਂ ਬਈ ਮਿੱਤਰੋ, ਕਿਵੇਂ ਆ ਮਾਹੌਲ? ਫਿਰ ਚੈੱਕ ਕਰੋ ਇੱਧਰ, ਅਸੀਂ ਪਹਾੜਾਂ ਤੇ ਆਏ ਹੋਏ ਆ, ਬਹੁਤ ਹੀ ਵਧੀਆ ਵਿਊ ਆ ਜੀ, ਪਹਾੜ ਸਾਡੇ ਘਰੇ ਆਏ ਹੋਏ ਆ। ਆਪਾਂ ਪਹਾੜਾਂ ਕੋਲੋਂ ਆਏ, ਪਹਾੜ ਆਪਣੇ ਕੋਲੋਂ ਆਏ ਆ ਬਈ, ਦੱਸਿਓ ਮਾੜਾ ਜਿਹਾ। ਜਵਾਕਾਂ ਨੂੰ ਛੁੱਟੀ ਹੋਈ, ਸਾਨੂੰ ਡਿਸਟਰਬ ਹੈ ਬਹੁਤ ਹੋ ਰਹੀ ਆ, ਜਵਾਕ ਇੱਧਰੋਂ ਬਹੁਤ ਆ ਰਹੇ ਆ। ਕਰੋਨਾ ਕਰਕੇ ਸਕੂਲ ਬੰਦ ਜੀ, ਹੁਣ ਜਵਾਕ ਫਿਰ ਜਾਣਗੇ ਜੀ। ਗਾਈਜ਼ ਆਪਾਂ ਹੁਣ ਆਪਣੇ ਟਰੈਕਟਰ ਤੇ ਡੋਰੀ ਬੰਨਣ ਲੱਗੇ ਹੋਏ ਆ ਕਾਲੀ, ਕੀ ਇਹਨੂੰ ਨਜ਼ਰ ਨਾ ਲੱਗੇ। ਉਹ ਲੱਗਾ ਜੀ ਦਿਲਬਾਗ ਸਿੰਘ, ਆ ਬਾਕੀ ਬੰਦੇ ਆਪਣੇ ਮੈਂਬਰ ਸਾਰੇ। ਅਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਅਨੰਦਪੁਰ ਸਾਹਿਬ, ਅਤੇ ਆਹ ਸਾਡਾ ਇੱਥੇ ਹੁਣ ਕਮਰੇ ਲਵਾਂਗੇ ਅਸੀਂ। ਦੇਖ ਲਓ ਵਿਊ ਤੁਸੀਂ ਵੀਰੇ ਉਹਦੇ ਦਾ, ਆਹ ਬਾਹਰ ਦਾ ਵਿਊ ਆ, ਤੁਹਾਨੂੰ ਮਾਰਕੀਟ ਦਿਖਾਤੀ ਆਪਾਂ ਪਹਿਲਾਂ। ਆਹ ਟਰੈਕਟਰ ਲੱਗ ਗਿਆ ਆਪਣਾ ਵੀਰੇ, ਆਹ ਦੇਖੋ ਵੀਰੇ ਸਾਡੇ ਰੂਮ ਦਾ ਵਿਊ ਵਿੰਡੋ ਤੋਂ। ਚਾਰ ਦਾ ਤੇਲ ਪੈ ਚੁੱਕਿਆ ਜੀ, ਇਹ ਸਾਡੇ ਗੁਰਦੀਪ ਵੀਰ ਜੀ ਨੇ ਆਪ ਪਾਇਆ ਵਾ। ਆਹ ਆ ਗਏ ਉਹਨਾਂ ਦੇ ਭਰਾ ਜੀ, ਆਹ ਅਜੀਤ ਵੀਰਾ ਬੈਠਾ ਸਾਡਾ, ਆਹ ਸਾਡੇ ਮਗਰ ਲੰਗੋੜ ਬੈਠੀ ਜੀ ਸਾਰੀ, ਜਿਨ੍ਹਾਂ ਨੂੰ ਕੋਈ ਇੰਟਰਸਟ ਨਹੀਂ। ਗੁਰਦੀਪ ਵੀਰ ਜੀ ਮਾੜੀ ਸ਼ਕਲ ਦਿਖਾਉਂਗੇ,
ਸਾਲ ਵਾਲੇ ਬੰਦੇ ਵਾਪਸ ਚੱਲੇ ਨੇ ਘਰ ਨੂੰ ਕਹਿੰਦੇ ਵਾਪਸ ਆ ਗਏ ਮੁੰਡੇ ਆਨੰਦਪੁਰ ਸਾਹਿਬ ਤੋਂ ਸ਼ੇਰ ਦਿਖਾ ਯਾਰ ਸ਼ੇਰ ਦਿਖਾ ਯਾਰ ਆ ਸ਼ੇਰ ਦੇਖੋ ਜੀ ਭੱਜ ਗਿਆ ਹੁਣ ਤਾਂ ਘਾਹ ਖਾਣ ਗਿਆ ਆ ਬੰਦੇ ਨੂੰ ਮਿਲੋ ਬੜਾ ਚੁੱਕਿਆ ਵਕਤ ਚੈੱਕ ਕਰੋ ਰਗੜੇ ਪੈ ਗਏ ਸਾਡੇ ਨੇ ਅਜੇ ਨਹੀਂ ਚੱਲ ਕੋਈ ਨੀ चल कोई नी फिर की रही इधर माजरी वाले हैप्पी जी पिंड आने वाला कहते जी नहीं करता जान तू घरे घर पहुंचने वाले ने कहने मुंडे ने आई वो तेरा प्रो मैक्स लेना है कहने नाल कैमरा ले कहना मेरे गोल्डन कलर लेना गोल्डन कलर कहना पार्टी नहीं खाते सफा करा कि लिया ਇਧਰੋਂ ਤਿੰਨ ਬੰਦੇ ਆ ਜਿਹੜੇ ਉਹ ਥੋੜੇ ਜਿਹੇ ਅੱਜ ਮਾਹੌਲ ਕਰ ਪੋਗੇ ਡੈਕ ਬੰਦ ਕਰਤਾ ਮਾੜੀ ਹੋ ਗਈ ਬਾਈ ਨਾਲ ਗੁੱਲੂ ਕੂਲ ਕੂਲ ਚੱਲ 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 ਜਾ ਜਾ ਹਾਂ ਚੱਲ ਵੇ ਚੱਲ ਵੇ कहने पिंड आ गया मुंडे का एक सवारी हाडी उतन लगी है हां जी माजरी जी फिर की विचार रहा थोड़ा यात्रा ਲਈ ਐਕਸਪੀਰੀਅੰਸ ਵੀਰੇ ਕਿਆ ਹੀ ਬਾਤ ਆ ਬਈ ਬੜਾ ਚਾਹ ਵਾਲੋ ਯਾਰ ਕੇ ਯਾਰ ਹੁਣ ਯਾਰ ਆ ਲੈ ਕਹਿੰਦੇ ਬਈ ਉਹਨਾਂ ਕਹਿੰਦਾ ਬੜਾ ਕੈਂਟ ਰਿਹਾ ਸਭ ਕੁਝ ਆ ਬੂਟ ਆ ਦੇਖ ਲਓ ਮਾਜਰੀ ਦਾ ਪਿੰਡ ਦੇਖ ਲਓ ਜੀ ਮਾਜਰੀ ਦਾ ਪਿੰਡ ਦੇਖ ਲਓ ਕਿੱਥੇ ਗਿਆ ਆਹ ਉਹਦੇ ਬੈਗ ਬੂਟ ਪਾਉਂਦਾ ਅੱਛਾ ਉਹ ਤੂੰ ਨਾਲੇ ਜਿਹਾ ਜਾ ਬੜੀ ਆ ਮਾਜਰੀ ਦੇ ਪਿੰਡ ਦਾ ਟੋਬਾ वाले वीर भरा लो बी मित्रों आप आ गए वापस घरे यात्रा तो बंदे साढ़े अंब गए थोड़े जे चलो ठीक है फिर मिलते हैं किसी होर यात्रा के टाइम नेक्स्ट ब्लॉग च जो पसंद आया तो प्लीज हमारे चैनल को लाइक कमेंट एंड सब्सक्राइब करना मत भूलिए।